ਹੈਲੋ ਗਾਇਸ ਵੀਰੇ, ਹੈਲੋ ਗਾਇਸ ਭੈਣੇ। ਕੀ ਹੋ ਗਿਆ ਸੀ? ਕੀ ਹੋ ਗਿਆ ਸੀ? ਕੀ ਤਿੰਨ ਤੇ ਥੋੜਾ ਜਾਣਾ, ਤਿੰਨ ਤੇ ਤਾਂ ਕਰਦੀ ਆ। ਤੇਰੇ ਤੋਂ ਬਗੈਰ ਮੈਨੂੰ ਤੇਰਾ ਪਿਆਰ ਆਵੇ, ਸੁਣਾ ਸੁਣਾ ਡਾਕੂ ਜਾਗ ਸਾਰਾ ਵੇ। ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਣੀ ਆਵੇ, ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ। ਲੈਲਾ ਲੈਲਾ ਅੱਗ ਮੈਨੂੰ ਗਵਾ ਵਾਲੀ ਲੈਲਾ ਵੇ, ਸੱਜ ਕੇ ਤੂੰ ਜੰਨਾ ਮੈਨੂੰ ਜਾਈਨਾ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਉੱਠੋ ਉੱਠੋ ਉੱਠੋ। ਗੁਰੂ ਉੱਠ ਵੀ ਗਈ ਤੁਹਾਡੇ ਤੋਂ ਪਹਿਲਾਂ, ਅੱਜ ਤੁਸੀਂ ਪਿੱਛੇ ਰਹਿ ਗਏ। ਲਓ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ, ਪਿਆਰ ਭਰੀ ਗੁੱਡ ਮਾਰਨਿੰਗ, ਠੰਡੀ ਠੰਡੀ ਮਾਰਨਿੰਗ, ਨਿਊ ਮਾਰਨਿੰਗ, ਨਿਊ ਡੇ, ਨਿਊ ਬਲੌਗ, ਵੈਲਕਮ ਵੈਲਕਮ ਵੈਲਕਮ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਹਿ ਗਈ ਸੀ ਆਪਣੀ, ਸਤਿ ਸ਼੍ਰੀ ਅਕਾਲ। ਕਿੰਨੀ ਸੋਹਣੀ ਆਵਾਜ਼ ਆਈ ਜਾਂਦੀ ਹੈ ਸੁਬਹ ਸੁਬਹ ਬਰਡਸ ਦੀਆਂ। ਕਿਆ ਬਾਤ, ਆਨੰਦ ਹੀ ਆ ਜਾਂਦਾ। ਸੋਹਣੀ ਸੋਹਣੀ ਆਵਾਜ਼ ਆਉਂਦੀ ਹੈ ਸੁਬਹ ਸੁਬਹ, ਅਤੇ ਸੋਹਣੀ ਠੰਡੀ ਠੰਡੀ ਹਵਾ ਹੁੰਦੀ ਹੈ। ਆਹ ਦੇਖ ਲਓ, ਮੈਂ ਬਿਸਤਰੇ ਚੱਕ ਕੇ ਹਟਿਆ ਸਾਰੇ, ਅਤੇ ਠਾਇਆ ਸੀ ਇਹਨੂੰ, ਅਤੇ ਉਹ ਦੂਰ ਜਾ ਕੇ ਬਹਿ ਗਿਆ। ਗੁੱਡ ਮਾਰਨਿੰਗ, ਅੱਜ ਗਿਆ ਤੂੰ, ਮੈਂ ਤੈਨੂੰ ਉੱਥੇ ਬਿਠਾਇਆ ਸੀਗਾ, ਕਿੰਨੀ ਦੂਰ ਚਲਾ ਗਿਆ। ਹੁਣ ਤੇਰੀ ਸਮਾਈਲੀ ਨਿਕਲਦੀ ਹੈ, ਸਮਾਈਲੀ ਆ ਜਾ। ਸੁਬਹ ਸੁਬਹ ਉੱਠਣਾ ਬਹੁਤ ਔਖਾ ਭਾਈ, ਸੁਬਹ ਸੁਬਹ ਹੀ ਨੀਂਦ ਆਉਂਦੀ ਹੁੰਦੀ ਹੈ ਸਾਰਿਆਂ ਨੂੰ, ਅਤੇ ਸੁਬਹ ਉੱਠਣਾ ਔਖਾ ਹੁੰਦਾ, ਭਾਵੇਂ ਬੰਦਾ ਸਾਰੀ ਰਾਤ ਸੁੱਤਾ ਰਿਹਾ ਹੋਵੇ, ਸੁਬਹ ਉੱਠਣਾ ਔਖਾ ਹੋ ਜਾਂਦਾ। ਪਾਪਾ ਉੱਠ ਗਿਆ, ਉੱਠਿਆ ਹੀ ਨਹੀਂ, 6 ਵਜੇ ਤੱਕ ਉੱਠਦਾ ਹੀ ਨਹੀਂ ਪਿਆ। ਪਾਪਾ ਨੂੰ ਲੱਤ ਵਿੱਚ ਸੀ, ਪਾਪਾ ਜੀ ਛੁੱਟੀ ਹੋ ਗਈ ਭਾਈ ਸੈਬੂ ਨੂੰ, ਅੱਜ ਥੱਲੇ ਨਹੀਂ ਆਇਆ ਸੈਬੂ, ਅੱਗੇ ਇੱਥੇ ਖੜਾ ਹੁੰਦਾ ਸਾਹਮਣੇ, ਲੱਗਦਾ ਕਲਾਸ 'ਚੋਂ ਲੈ ਕੇ ਆਉਣਾ ਪਊਗਾ, ਅੱਜ ਹੈ ਨਹੀਂ, ਕਲਾਸ 'ਚੋਂ ਲੈ ਕੇ ਆਉਣਾ ਪਊਗਾ। ਧੁੱਪ ਵਾਲੀ ਆਉਣ ਲੱਗ ਗਈ ਨਾ, ਸ਼ਾਇਦ ਹੁਣ ਕਲਾਸ 'ਚ ਬੈਠਣ ਲੱਗ ਗਏ ਛੁੱਟੀ ਟਾਈਮ। ਮੈਂ ਮੈਡਮ ਨੂੰ ਪੁੱਛਿਆ, ਮੈਂ ਕਿਹਾ ਮੈਡਮ ਫੋਰਥ ਕਲਾਸ ਕਿੱਥੇ ਹੁੰਦੀ ਹੈ, ਮੂੰਹ 'ਚੋਂ ਗਲਤ ਨਿਕਲ ਗਿਆ, ਸੈਕਿੰਡ ਮੂੰਹ 'ਚੋਂ ਗਲਤ ਨਿਕਲ ਗਿਆ, ਸੈਕਿੰਡ ਕਹਿਣਾ ਸੀ, ਸੈਕਿੰਡ ਕਲਾਸ।
ਆ ਖੜੇ ਘਰੇ ਵੀ ਨੀ ਪੜ੍ਹਦੇ ਇਹ ਚੰਗੀ ਤਰ੍ਹਾਂ ਸ਼ਿਕਾਇਤ ਲਾਤੀ ਮੈਡਮ ਨੇ ਚੇਨ ਦਾ ਬਾਅਦ ਚੋਂ ਕਵਾਂਗੇ ਕੱਲ ਨੂੰ ਲਓ ਜੀ ਸਾਬੂ ਦੀ ਸ਼ਿਕਾਇਤ ਲਾਤੀ ਮੈਡਮ ਨੇ ਮੈਡਮ ਕਹਿੰਦੇ ਗੱਲਾਂ ਬਹੁਤ ਕਰਦਾ ਕਲਾਸ ਤੂੰ ਕਿਉਂ ਗੱਲਾਂ ਕਰਦਾ ਹੁੰਦਾ ਪਿਛਲੀ ਕਲਾਸ 'ਚ ਵੀ ਤੇਰੀ ਇਹੀ ਸ਼ਿਕਾਇਤ ਸੀਗੀ ਬਾਹਲੀਆਂ ਗੱਲਾਂ ਮਾਰਦਾ ਕੱਲ ਨੂੰ ਪ੍ਰਿੰਸੀਪਲ ਕੋਲ ਲੈ ਕੇ ਜਾਣਗੇ ਹੁਣ ਵੱਡੀ ਕਲਾਸ ਹੋ ਗਈ ਕੁੱਟਿਆ ਕਰਨਗੇ ਤੈਨੂੰ ਫਿਰ ਨਾ ਕਹੀ ਮੈਂ ਨਹੀਂ ਸਕੂਲ ਜਾਣਾ ਗੰਦੇ ਕੰਮ ਕਰਦਾ ਕੱਲ ਨੂੰ ਆਈ ਨਾ ਤੇਰੀ ਮੈਂ ਪ੍ਰਿੰਸੀਪਲ ਕੋਲ ਲੈ ਕੇ ਜਾਊਂਗਾ ਤੈਨੂੰ ਆਈ ਪ੍ਰਿੰਸੀਪਲ ਕੋਲ ਮੈਡਮ ਕੋਲ ਲੈ ਜਾਊਂਗਾ ਅਤੇ ਮੈਮ ਇਹਨੂੰ ਇਹਦਾ ਨਾਮ ਕੱਟ ਦਿਉ ਸਕੂਲ 'ਚੋਂ ਸ਼ਿਕਾਇਤਾਂ ਲੈ ਕੇ ਆਉਂਦੇ ਇਹ ਲਾਈਟ ਚੜ੍ਹਿਆ ਉੱਪਰ ਅੱਜ ਮੈਡਮ ਨੇ ਭੇਜਿਆ ਹੀ ਨਹੀਂ ਇਹਨੂੰ ਬਾਅਦ ਚੋਂ ਭੇਜਿਆ ਮੇਰੇ ਕੋਲ ਸ਼ਿਕਾਇਤ ਲਾਈ ਫਿਰ ਇਹਦੀ ਸੋਰੀ ਕਰਕੇ ਨਹੀਂ ਆਇਆ ਕਿ ਤੁਸੀਂ ਕਿਹਾ ਸੀ ਗੱਲਾਂ ਕਰ ਲਓ ਫਿਰ ਮੈਮ ਕੀ ਕਹਿੰਦੇ ਕੁਛ ਨਹੀਂ ਕਿਹਾ ਬਹੁਤ ਬਾਤੇ ਕਰਤਾ ਚੇਨ ਦਾ ਕੀ ਕਹਿਣਾ ਸੀ ਜੋ ਤੇਰੀ ਸ਼ਿਕਾਇਤਾਂ ਹੀ ਲਾਤੀਆਂ ਮੈਡਮ ਨੇ ਚੇਨ ਦਾ ਕੀ ਕਹਿਣਾ ਸੀਗਾ ਤੇਰੀ ਸ਼ਿਕਾਇਤਾਂ ਹੀ ਲਾਤੀਆਂ ਮੈਡਮ ਨੇ ਬਾਲੀਆਂ ਹੁੰਦੀਆਂ ਤੈਨੂੰ ਕੀ ਗੱਲਾਂ ਕਰਦਾ ਹੁੰਦਾ ਸਾਨੂੰ ਵੀ ਦੱਸਦੇ ਉੱਥੇ ਕਿੰਨੇ ਬੈਠਾ ਸੀ ਅੱਜ ਕੱਲ ਨੂੰ ਪ੍ਰਿੰਸੀਪਲ ਮੈਡਮ ਕੋਲ ਲੈ ਕੇ ਜਾਣਗੇ ਇਹ ਕੀਤੀਆਂ ਤਾਂ ਗੱਲਾਂ ਕਰ ਲਓ ਕਿੰਨੇ ਬੈਠਾ ਸੀ ਲੰਚ ਰੈਡੀ ਹੋ ਗਿਆ ਸਾਡਾ ਲੰਚ ਦੇਖੋ ਅੱਜ ਸਾਡਾ ਲੰਚ 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 ਦੋ ਮੈਂਗੋ ਪਾਏ ਸੀਗੇ ਗੁੰਨੂ ਨੂੰ ਕਿਤੇ ਦੀ ਖਾਂਸੀ ਆ ਇਹਨੇ ਖਾ ਨਹੀਂ ਰਹੀ ਸੀ ਫਿਰ ਮੈਂ ਉਹ ਥੋੜ੍ਹੇ ਜਿਹੇ ਪੋਲੇ ਜਿਹੇ ਹੋ ਗਏ ਸੀਗੇ ਮੈਂ ਕਿਹਾ ਕਾਹਨੂੰ ਖਰਾਬ ਕਰਨੇ ਆ ਕਿਉਂ ਨਾ ਅੱਜ ਮੈਂਗੋ ਸ਼ੇਕ ਬਣਾ ਲਿਆ ਜਾਵੇ ਅਤੇ ਗੁੰਨੂ ਦਾ ਮੈਂਗੋ ਸ਼ੇਕ ਉਹ ਰੱਖਤਾ ਆਪਾਂ ਗਲਾਸ 'ਚ ਪਾ ਕੇ ਗੁੰਨੂ ਨੂੰ ਕਿਹਾ ਗਾ ਤੂੰ ਪੀਣਾ ਗਾ 3 ਵਜੇ ਪੀਣਾ ਗਾ ਸਾਢੇ ਦੋ ਕਿਹੜੇ ਹੁੰਦੇ ਆ ਭਾਈ ਸਾਢੇ ਦੋ ਕਿਹੜੇ ਹੁੰਦੇ ਆ ਹਾਂ 2:30 ਤੇ ਠੀਕ ਹੈ ਤੇ ਉਦੋਂ ਤੱਕ ਨਾਰਮਲ ਹੋ ਜਾਊਗਾ ਜ਼ਿਆਦਾ ਠੰਡਾ ਤਾਂ ਹੈ ਨਹੀਂ ਗਾ 2:30 ਤੇ ਆ 4 ਬ੍ਰੈਡ ਪਏ ਸੀਗੇ ਖਾ ਲੈਣਗੇ ਬਟਰ ਲਾ ਕੇ ਬਸ ਲੰਚ ਹੋ ਗਿਆ ਨਿਬੜ ਗਿਆ ਸਾਰੇ ਚਾਰ ਖਾ ਲਾਂਗੇ ਖਾ ਲਾਂਗੇ ਦੇਖੋ ਗੁੰਨੂ ਦੀ ਕਾਊਂਟਿੰਗ ਸਾਰੇ 1-1 ਖਾ ਲਾਂਗੇ ਨਹੀਂ ਗੁੰਨੂ 2 ਖਾ ਲੋਗੀ ਨਹੀਂ ਨਹੀਂ ਗੁੰਨੂ ਨੇ ਪੜ੍ਹਨਾ ਨਾ ਗੁੰਨੂ ਨੂੰ ਜ਼ਿਆਦਾ ਐਨਰਜੀ ਟਿਊਸ਼ਨ ਜਾਣਾ ਨਹੀਂ ਨਹੀਂ ਕਿਉਂ ਨੋ ਇਹ ਮੇਰੀ ਇਹ ਮੇਰੀ ਪਤੀ ਦੇਵ ਦੀ ਆ ਐਡਾ ਤਾਂ ਬੈਗ ਆ ਹੁਣ ਦੁਖੂਗੀ ਤਾਂ ਸਹੀ ਖਾਣਾ ਪੀਣਾ ਕੁਛ ਹੈ ਨਹੀਂ ਸਕੂਲੇ ਸਕੂਲ ਵਾਲਿਆਂ ਨੂੰ ਕਹਿਦਾ ਬੈਡ ਲਵਾ ਦੀ ਟਿਊਸ਼ਨ ਦੇ ਤਾਂ ਢੋਲ ਲਾ ਕੇ ਬਹਿਣਾ ਟਿਊਸ਼ਨ ਦੇ ਤਾਂ ਢੋਲ ਲਾ ਕੇ ਬਹਿਣਾ ਬੈਠਾ ਹੀ ਰਹਿਣਾ ਜਗ੍ਹਾ ਬਦਲਿਆ ਹੁਣੇ ਆ ਹਾਲ ਆ ਤੇ ਗਾਂ ਜਾ ਕੇ ਕੀ ਹੋਊਗਾ ਟੂਈ ਦਾ
मैडम जी अभी तो शुरुआत हुई है, अभी तो शुरुआत हुई, आगे आगे इतना पढ़ना होगा, इतना इतना टाइम बैठना होगा दिन और रात। तो फिर अज तेरे भरा दी शिकायत आई है कि गल्ला बहुत मारदा है, सानू सुनाउंदा नहीं गा, कल मैं आऊंगी तेनू लैण, मैं पुछ के मैडम ये केड़ियां गल्ला मारदा, घरे तो बोलदा नहीं गा, ਮਾਰ ਦੂ ਆਹ ਦੇਖ ਸੰਗ ਆ ਗਈ ਹੁਣ, ਕੁੜੀਆਂ ਨਾਲ ਮਾਰ ਲਿਆ ਕਰ, ਮੁੰਡਿਆਂ ਨਾਲ ਕੀ ਮਾਰਨੀ ਆ, ਮੁੰਡਿਆਂ ਨਾਲ ਮਾਰਨ ਨਾ ਕਰਦਾ, ਤੇਰਾ ਬੰਦਾ ਕਿਉਂ ਭੱਜੂ, ਤੂੰ ਤਾਂ ਗੱਲਾਂ ਮਾਰਦਾ। ਆਹ ਮੇਰੇ ਪਤੀ ਦੇਵ ਦੀ ਫਰਮਾਇਸ਼ ਆ, ਇਹਦੀ ਲਾਲਾਂ ਡਿੱਗੇ ਆ ਮੈਂਗੋ ਸ਼ੇਕ ਦੇਖ ਕੇ, ਇਹ ਆ ਇਹ ਰਾਜ ਪਤੀ ਦੇਵ ਨੂੰ ਖੁਸ਼ ਕਰਨ ਦੇ, ਵਧੀਆ ਵਧੀਆ ਚੀਜ਼ਾਂ ਬਣਾ ਕੇ ਖਵਾਓ ਜੀ ਆਪਦੇ ਘਰ ਵਾਲਿਆਂ ਨੂੰ ਖੁਸ਼ ਰੱਖਣਾ ਤਾਂ। ਗਾਈਜ਼ ਓਕੇ, ਇੱਥੇ ਹਸਬੈਂਡ ਵਾਈਫ ਦੀ ਗੱਲ ਹੋ ਰਹੀ ਸੀਗੀ, ਹਨਾ ਜਨਾਬ ਜੀ, ਜੀ ਜਨਾਬ ਜੀ, ਓਕੇ ਜਨਾਬ ਜੀ, ਮੈਂਗੋ ਸ਼ੇਕ ਪੀ ਲਓ ਜਨਾਬ ਜੀ। ਜਨਾਬ ਜੀ ਦੇਖੋ ਬੋਲਦੇ ਨੀ, ਜਦੋਂ ਮੈਂ ਕਿਹਾ ਨਾ ਖਾਂਦੇ ਨੀ, ਚੱਕ ਲਓ ਹੁਣ ਗਲਾਸ, ਫਿਰ ਮਿੰਟ ਚ ਪਿਆਰ ਰਾਸ ਨਹੀਂ ਆਉਂਦਾ ਕਦੇ ਕਦੇ ਨਾ ਇਸ ਬੰਦੇ ਨੂੰ, ਸੈਬੂ ਪਿਆਰ ਰਾਸ ਨਹੀਂ ਨਾ ਆਉਂਦਾ ਸੈਬੂ ਨੂੰ ਵੀ, ਲਿਆਓ ਖਾਈਏ, ਬਣਾਓ ਬਣਾਓ, ਬਣਾ ਕੇ ਖਵਾਓ ਘਰ ਵਾਲੀ ਨੂੰ, ਮੈਂ ਇੰਨਾ ਕੁਛ ਲਿਆ ਕੇ ਦੇਤਾ, ਤੁਸੀਂ ਬਣਾ ਕੇ ਨਹੀਂ ਖਵਾ ਸਕਦੇ ਮੈਨੂੰ? ਵਟਸਐਪ ਤੇ ਪਾਉਣੀ ਹੈ, ਕੜੀ ਬੜੀ ਸੋਹਣੀ ਬਣੀ ਹੈ, ਇਹ ਮੰਮੀ ਦੀ ਕੜੀ ਹੈ, ਐਪਲ ਦੀ ਹੈ, ਮੰਮੀ ਦੀ ਥੋੜਾ, ਮੰਮੀ ਦੀ ਐਪਲ ਦੀ ਹੈ, ਮੰਮਾ ਦੀ ਕੜੀ ਤੁਸੀਂ ਪਾਈ ਹੋਈ ਹੈ ਕੁੜੀ, ਮੰਮੀ ਇਹ ਪਿੰਕ ਨਹੀਂ ਸੀ ਕੁੜੀ, ਬੁਆਇਜ਼ ਬਣਨਗੇ ਬਲੈਕ ਆ ਜਾਊਗਾ, ਮੰਮਾ ਬਣਨਗੇ ਪਿੰਕ ਆ ਜਾਊਗਾ, ਉਹ ਦੇਖੋਗੇ, ਚੱਲ 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 ਲੱਭਣ ਚੱਲੀ ਆ, ਦੇ ਦੋ ਵਟਸਐਪ ਸਟੋਰੀ, ਵਟਸਐਪ ਮੈਸੇਜ ਕਿੱਧਰ ਗਈ, ਆਪਣੇ ਗਰੁੱਪ ਚ ਭਾਈ ਕੋਈ ਜੇ ਦੇਖਦਾ ਹੋਇਆ ਤਾਂ ਗੁਨੂ ਨੂੰ ਐਪਲ ਦੀ ਘੜੀ ਵਾਚ ਗਿਫਟ ਕਰ ਦਿਓ, ਠੀਕ ਹੈ, ਥੈਂਕ ਯੂ ਸੋ ਮਚ, ਚਲੋ ਤਿੰਨ ਚਾਰ ਹੋ ਗਏ ਕਹਿੰਦੇ, ਤਿੰਨ ਚਾਰ ਹੋ ਗਏ, ਕਿੱਥੇ ਚੱਲੇ ਕਹਿੰਦੇ, ਚੱਲੇ ਕਹਿੰਦੇ ਕਿੱਥੇ ਚੱਲੇ, ਕਹਿੰਦੇ ਟੂਸ਼ਣ ਚੱਲੇ, ਗੁਨੂ ਦੀ ਤੂਤਣ ਚੱਲੇ, ਗੁਨੂ ਨੂੰ ਅੱਜ ਛੱਡ ਕੇ ਵੀ ਆਉਣਾ, ਛੱਡ ਕੇ ਤਾਂ ਆਪਾਂ ਰੋਜ਼ ਹੀ ਆਉਂਦੇ ਹਾਂ, ਅੱਜ ਲੈ ਕੇ ਵੀ ਆਉਣਾ ਗੁਨੂ ਨੂੰ ਐਪਲ ਵਾਪਸ, ਗੁਨੂ ਨੂੰ ਲੈ ਕੇ ਵੀ ਆਉਣਾ, ਅੱਗੇ ਤਾਂ ਇਹ ਮਾੜਾ ਪਾਉਣਾ ਨਾਲ ਆ ਜਾਂਦੀ ਹੈ, ਅੱਜ ਉਹਨਾਂ ਨੇ ਜਾਣਾ ਨਹੀਂ, ਫਿਰ ਅੱਜ ਲੈ ਕੇ ਆਉਣਾ ਪਊਗਾ, ਪਰਿਓ ਸਾਫ਼ ਕਰਨਾ ਹੈ, ਬਾਅਦ ਚੋਂ ਆਪਾਂ ਨੂੰ ਲੈ ਕੇ ਵੀ ਆਉਣਾ ਪਊ 6 ਵਜੇ, ਇੰਨੀ ਰੇਸ ਕੌਣ ਦਿੰਦਾ ਹੁੰਦਾ, ਇਹ ਵਧੀਆ ਲੱਗਦੀ ਹੈ ਕੋਈ, ਜਾਣ ਕੇ ਜ਼ਿਆਦਾ ਦਿੱਤੀ ਹੈ, ਇੰਨੀ ਨਹੀਂ ਦਿੰਦੇ ਹੁੰਦੇ ਜਿੰਨੀ ਤੂੰ ਦੇਤੀ, ਨਹੀਂ ਦੇਣੀ ਜਦੋਂ, ਮੈਂ ਤਾਂ ਦਿੱਤੀ ਨਹੀਂ ਕਦੇ, ਸ਼ੀਸ਼ਾ ਟਿੱਡਾ ਸ਼ਾਬਾਸ਼, ਚਿੱਦੀ ਆ ਗਈ ਸਾਡੀ ਨਾਨਕਿਆਂ ਤੋਂ, ਹੈ ਡੱਡੀ ਆ ਜਾ ਸਾਹਿਬ, ਚੱਲੀਏ ਕਿੱਧਰੋਂ ਆਏ,
ਅੱਛਾ ਕੀ ਕੰਮ ਕੰਮ ਕਰਨ ਲੱਗੇ ਹੁਣ? ਮੈਂ ਸਿਸਟਰ ਦਾ ਫੋਨ ਬੋਲ ਜੀ, ਕਹਿੰਦੇ ਕੀ ਹੋ ਗਿਆ? ਕਹਿੰਦੇ ਸ਼ਾਮ ਹੋ ਗਈ ਸ਼ਾਮ। ਕਹਿੰਦੇ ਇਹ ਕਿੱਧਰ ਚੱਲੇ? ਉਹੀ ਸੜਕ ਸਮਾਂ ਚੇਂਜ, ਸੜਕ ਉਹੀ ਸਮਾਂ ਚੇਂਜ ਲੈਣ ਚੱਲੇ ਆਪਾਂ ਗੁੰਨੂ ਨੂੰ ਟਿਊਸ਼ਨ ਤੋਂ। ਠੰਡੀ ਸੜਕ 'ਤੇ ਆ ਗਏ ਭਾਈ, ਠੰਡੀ ਸੜਕ 'ਤੇ। ਇਸਦਾ ਨਾਮ ਕਿਆ ਹੈ? ਠੰਡੀ ਸੜਕ। ਆਏ ਮਿੱਟੀ ਨਾਲ ਭਰ ਜਾਈਦਾ ਇੱਥੇ, ਫਰੀ ਦਾ ਪਾਊਡਰ ਬਾਹਲਾ ਲੱਗਦਾ ਮੂੰਹ 'ਤੇ। ਮਿੱਟੀ ਧੂੜ, ਮਿੱਟੀ ਧੂੜ ਦੀ ਬਹੁਤ ਹੈ ਇੱਧਰ। ਕਿੰਨੇ ਸੋਹਣੇ ਲੱਗਦੇ ਆ ਫਲੈਟ, ਹੈ ਨਾ? ਵੀਡੀਓ 'ਚ ਕਿੱਡੇ ਸੋਹਣੇ ਆਉਂਦੇ ਆ। ਕਿਆ ਪਤਾ ਜੀ, ਸ਼ਾਮ ਨੂੰ ਰੌਣਕ ਮੇਲਾ ਫਲੈਟਾਂ 'ਚ। ਜਿਹੜੇ ਤਾਂ ਕੋਈ ਵੀਲੇ ਨਹੀਂ ਜਵਾਕ ਚੱਲਾ ਇੱਥੇ। ਅੱਜ ਉਹਨਾਂ ਨੂੰ ਲੇਟ ਛੁੱਟੀ ਹੋਈ ਆ ਭਾਈ, 6:30। ਕਿੰਨੇ ਵਜੇ? 6:30। ਇਹ ਆਪਣੀ ਪੱਕੀ ਜਗ੍ਹਾ, ਆਪਾਂ ਇੱਥੇ ਹੀ ਬਾਈਕ ਖੜਾਉਂਦੇ ਹੁੰਦੇ ਹਾਂ ਲਿਫਟ ਨੰਬਰ 4 ਕੋਲ। ਉਤਰਦੇ ਸਾਰ ਹੀ ਲੋਕ ਲਾਇਆ, ਇਹ ਰਸਤੇ ਗਏ ਲਿਫਟ ਆ ਜਾਂਦੀ ਹੈ। 3rd ਫਲੋਰ 'ਤੇ ਪਹੁੰਚ ਜਾਈਦਾ। ਕਿੰਨੇ 'ਤੇ? 3rd ਨੰਬਰ 'ਤੇ। ਕੁਲਜਾ ਸ਼ਿਮਸ਼ੇਨ 3rd। ਬੰਦ ਕੀਤੀ ਲਿਫਟ। ਪੱਖਾ ਚੱਲੀ ਜਾਂਦਾ, ਬੁਰਾ ਹਾਲ ਹੋਇਆ। ਮਿੱਟੀ ਧੂੜ ਪਾਲੀ ਹੈ ਇੱਧਰ ਬਹੁਤ ਜ਼ਿਆਦਾ। ਖੁੱਲ ਜਾ ਭਾਈ, ਚੁਟਕੀ ਮਾਰਤੀ ਮੈਂ ਤਾਂ ਕਦੋਂ ਦੀ। ਗੁੰਨੂ ਰਾਣੀ ਬੜੀ ਸਿਆਣੀ। ਕਿਆ ਬਾਤਾਂ ਜੀ, ਕਿਆ ਬਾਤ! ਦੇਸ਼ ਕਾ ਤਿਰੰਗਾ, ਹਮਾਰਾ ਤਿਰੰਗਾ। ਵਾਓ, ਦੇਖੋ ਵੀਡੀਓ ਬਣਾਉਣ ਲੱਗਿਆ ਤੇ ਤਿਰੰਗਾ ਵੀ ਝੂਲਣ ਲੱਗ ਗਿਆ ਹਵਾ 'ਚ, ਕਿੱਡਾ ਸੋਹਣਾ ਆ ਰਿਹਾ। ਗੁੰਨੂ ਮੈਡਮ ਆ ਗਈ, ਆ ਜਾ, ਇਹ ਤਾਂ ਉੱਪਰ ਜਾ ਰਹੀ ਹੈ, ਅੱਗੇ ਆ ਜਾ। ਕਿਹੜੀ ਬੰਨੀ ਬੈਠੀ ਹੈ? ਗਏ ਮੈਡਮ ਉਹਨੇ ਕਦੋਂ? 5 ਵਜੇ। ਖਾਂਸੀ ਆਈ ਸੀ? 3 'ਤੇ ਥੋੜ੍ਹਾ ਜਾਣਾ, 3 'ਤੇ ਤਾਂ ਕਰਦੀ ਹੈ। ਬਸ ਹੁਣ ਬੰਦ ਤਾਂ, ਬੰਦ ਨੂੰ ਬੰਦ ਕੀ ਨੱਪਣਾ? 3 'ਤੇ ਖੜੀ ਹੈ, 3 'ਤੇ ਖੜੀ ਹੈ ਅਤੇ 3 'ਤੇ ਨੱਪੀ ਜਾਂਦੀ ਹੈ। ਆਈ ਖੜੀ ਹੈ ਇਕੱਲੀ ਥੱਲੇ ਤੋਂ। ਖਾਂਸੀ ਆਈ ਸੀ? ਘਰੇ ਜਾਣਾ ਸਿੱਧਾ, ਚਲੋ ਥੋੜ੍ਹਾ ਦਿਨ। ਗੁੰਨੂ ਦੇ ਡਾਕਟਰ ਨੇ ਕਿਹਾ ਭੰਗੜਾ ਅਵੋਇਡ ਕਰੋ ਥੋੜ੍ਹੇ ਦਿਨ ਵਾਸਤੇ, ਭੰਗੜਾ ਆਪਾਂ ਅਵੋਇਡ ਕਰਦੇ ਹਾਂ। ਸਾਰੀ ਵੀਡੀਓ ਉਤਰਨ ਤੋਂ ਲੈ ਕੇ ਚੜ੍ਹਦੇ ਸਾਰ ਉੱਤਰ ਵੀ ਆਏ ਆਪਾਂ, ਹੈ ਨਾ? ਨਾਲ ਦੀ ਨਾਲ ਹੀ ਵੀਡੀਓ ਪੋਜ਼ ਵੀ ਨਹੀਂ ਕੀਤੀ। ਚਲੀਏ ਕਰਨ, ਭੁੱਖ ਲੱਗੀ। ਕੀ ਖਾਧਾ ਮੈਡਮ ਨੇ? ਕੀ ਪਾਇਆ ਮੈਡਮ? ਕੁਛ ਨਹੀਂ, ਚਾਹ ਪੀਤੀ ਸੀ। ਇਹੀ ਜਿਹੀ ਹੋ ਗਈ ਕਿ ਟਿਊਸ਼ਨ ਵਾਲੀ ਮੈਡਮ ਚਾਹ ਵੀ ਪਿਆਉਂਦੀ ਹੈ ਇਹਨਾਂ ਨੂੰ, ਬਿਸਕੁਟ ਵੀ ਖਵਾਉਂਦੇ ਆ, ਪਾਣੀ ਵੀ ਪਿਆਉਂਦੇ ਇਹਨਾਂ ਨੂੰ। ਐਂ ਵੀ ਕਹਿ ਦਿੰਦੇ ਆ ਕਿ ਪਾਣੀ ਨਾ ਲੈ ਕੇ ਆਇਆ ਕਰੋ, ਹੈ ਨਾ? ਬੋਟਲ ਨਾ ਲੈ, ਖਾਣਾ ਵੀ ਨਾ ਲੈ ਕੇ ਆਇਆ ਕਰੋ, ਬੋਟਲ ਵੀ ਨਾ ਲੈ ਕੇ ਆਇਆ ਕਰੋ, ਇੱਥੇ ਸਾਰਾ ਕੁਛ ਮਿਲਿਆ ਕਰੂਗਾ। ਕਿਆ ਹੀ ਬਾਤਾਂ ਜੀ,
ਔਰ ਪੇਪਰਾਂ ਚ ਵੀ ਪੇਪਰਾਂ ਚ ਵੀ ਹੁਣ ਲੋਕੀ ਸੈਰ ਕਰਨ ਲੱਗ ਗਏ ਸਾਰੇ ਮੁੰਨਾ ਕਿਹਨੇ ਮਾਰਿਆ ਰੋਣਾ ਨੀਗਾ ਫਿਰ ਸਾਰੇ ਗਾਣਗੇ ਮੁੰਨਾ ਤਾਂ ਰੋਈ ਜਾਂਦਾ ਇੱਧਰ ਦੇਖੀ ਮੁੰਨਾ ਮੁੰਨਾ ਹੈਲੋ ਕਰਦੇ ਹੈਲੋ ਹੈਲੋ ਕਰੀ ਪਾਪਾ ਨੂੰ ਭੇਜਾਂਗੇ ਪਾਪਾ ਨੂੰ ਪਾਪਾ ਕੀ ਕਹਿਣਗੇ ਮੁੰਨਾ ਰੋਈ ਜਾਂਦਾ ਓ ਮੁੰਨਾ ਮੁੰਨਾ ਇਹ ਕਿਹੜੀ ਗੇਮ ਆ ਕੀ ਕੌਣ ਸੀ ਗੇਮ ਹੈ ਨਵੇਂ ਨਵੇਂ ਗੇਮਾਂ ਦੇ ਨਾਮ ਮੁੰਨਾ ਹੈਲੋ ਇਹ ਮੁੰਨਾ ਮੁੰਨਾ ਹੈਲੋ ਤਾਂ ਕਰਦੇ ਫਿਰ ਹੈਲੋ ਨਹੀਂ ਕਰਨੀ ਹੈਲੋ ਕਰ ਦੋ ਨਹੀਂ ਕਰਨੀ ਸਬਸਕ੍ਰਾਈਬ ਕਰੋ ਐ ਕਰੋ ਬੋਲੀ ਮੁੰਨਾ ਮਿੱਟੀ ਖਾਂਦੇ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਕਰਦੇ ਫਿਰ ਹੈ ਮੁੰਨਾ ਜਲਦੀ ਜਲਦੀ ਜੋੜ ਕੇ ਆ ਦੇਖੋ ਅਸੀਂ ਕਾਕੇ ਦੀ ਵੀਡੀਓ ਬਣਾਉਣੇ ਆ ਚਲੋ ਬਈ ਅੱਜ ਸਾਡਾ ਛੋਟਾ ਕਾਕਾ ਕਰੂਗਾ ਛੋਟਾ ਕਾਕਾ ਕਰੂਗਾ ਹਨਾ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਏ ਟਿੱਡੂ ਪੈਣਾ ਨਹੀਂ ਸੀਗਾ ਤਾ ਤਾ ਦੇਖੋ ਫੋਨ ਮਨ ਪੂਰਾ ਚਾਹ ਹਾਂਜੀ ਕੀ ਹੋ ਗਿਆ ਸੀ ਕੀ ਹੋ ਗਿਆ ਸੀ ਕੀ ਹੋ ਗਿਆ ਜੀ ਸਾਡੇ ਕਾਕੇ ਨੂੰ ਥੱਲੇ ਬਿਠਾਤਾ ਸੀ ਆਈ ਨਹੀਂ ਹੱਸਦਾ ਗਿਆ ਕੀ ਹੋ ਗਿਆ ਸੀ ਕੀ ਹੋ ਗਿਆ ਜੀ ਹੱਜ ਕੇ ਦਿਖਾਈ ਸਾਡੀ ਮਰਜ਼ੀ ਨਾਲ ਹੀ ਹੱਸਦਾ ਹੈ ਹਾਂ ਅੱਛਾ 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 ਬੁਲਬਲੇ ਵੀ ਫੁਲਾ ਦਿੰਦਾ ਗੇ ਮੈਂ ਲਓ ਜੀ ਹੋਮ ਸਵੀਟ ਹੋਮ ਹੋਮ ਸਵੀਟ ਹੋਮ ਘਰੇ ਪਹੁੰਚ ਗਏ ਆਪਾਂ ਗੁੰਨੂ ਖੰਘੀ ਜਾਂਦੀ ਹੈ ਤੇ ਇੱਧਰ ਸੜਕ ਤੇ ਕੀ ਚੱਲ ਰਿਹਾ ਕਹਿੰਦੇ ਮੈਚ ਚੱਲ ਰਿਹਾ ਸਾਹਿਬ ਦਾ ਫੁੱਟਬਾਲ ਦਾ ਮੈਚ ਚੱਲ ਰਿਹਾ ਉਹ ਵੀ ਉਹ ਦੇਖ ਸਾਹਿਬ ਉਹਨੇ ਮਾਰਤੀ ਲੱਤਾਂ ਥੱਲੋਂ ਕੱਢਤੀ ਬਾਈ ਸਾਡੇ ਮੁੰਡੇ ਨੇ ਲੱਤਾਂ ਥੱਲੋਂ ਕੱਢਤੀ ਸਾਡੇ ਮੁੰਡੇ ਨੇ ਬੋਲ ਇਹ ਦੇਖੀ ਮਾਰਦਾ ਇਹ 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 ਉਹ ਫੇਰ ਮਾਰੀ ਗੋਲ ਕਰਤਾ ਉਹ ਇਹ ਮੁੰਡੇ ਨੇ ਭੈੜਾ ਮੁੰਡਾ ਸਾਡਾ ਭੈੜਾ ਮੁੰਡਾ ਸਾਡਾ ਐਂ ਤਾਂ ਭੈੜੀ ਆ ਇਹ ਚੱਲ ਚੱਲ ਮਾਰ 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 ਛੋਟਾ ਕਾਕਾ ਹੀ ਆ ਛੋਟਾ ਕਾਕਾ ਛੋਟਾ ਕਾਕਾ ਇਜ਼ ਕਮਿੰਗ ਸਤਿ ਸ਼੍ਰੀ ਅਕਾਲ ਕਿਵੇਂ ਹੈ ਸੁੱਤਾ ਪਿਆ ਵਧੀਆ ਪੁੱਤ ਹੈਲੋ ਕਟਿੰਗ ਕਰਾ ਲਈ ਤੂੰ ਸੋਹਣੇ ਕਾਕੇ ਨੇ ਕਟਿੰਗ ਕਰਾ ਲਈ ਕਟਿੰਗ ਕਰਾ ਲਈ ਕਟਿੰਗ ਕਰਾ ਲਈ ਤੂੰ ਛੂ ਛੂ ਓਏ ਪੋਲੂ ਸੋਹਣਾ ਲੱਗਦਾ ਹੁਣ ਆਈ ਛਾਤੀ ਨਾਲ ਲੱਗੀ ਰਹਿੰਦੀ ਹੈ ਚਾ ਓਏ ਪਾਰ ਵਾਲਾ ਹੈ ਛੋਣੀ ਲਾ ਦਿਆ ਹੁਣ ਨਜ਼ਰ ਨਾ ਲੱਗੇ ਭਈ ਛੱਡ ਜਵਾਕ ਨੂੰ ਮਾਰ ਹਾਂ ਮੈਨੂੰ ਮਿਲੇ ਸੀ ਨਾ ਹਾਂ ਚਲੋ ਜੀ ਘਰੇ ਵੀ ਪਹੁੰਚ ਗਿਆ ਅਜੋ ਬਹੁਤ ਟ੍ਰੈਫਿਕ ਸੀ ਬਹੁਤ ਜ਼ਿਆਦਾ ਟ੍ਰੈਫਿਕ ਇੰਨਾ ਟ੍ਰੈਫਿਕ ਅਜੇ ਦੇਖਿਆ ਨਹੀਂ ਮੈਂ ਸਟੇਸ਼ਨ ਤੋਂ ਲੈ ਕੇ ਅੰਡਰਗਰਾਊਂਡ ਬ੍ਰਿਜ ਤੱਕ ਬਹੁਤ ਜ਼ਿਆਦਾ ਟ੍ਰੈਫਿਕ ਸੀ ਬਹੁਤ ਟਾਈਮ ਲੱਗ ਗਿਆ ਅੱਜ ਲੈ ਕੇ ਆਉਂਦੇ ਨੂੰ ਗੁੰਨੂ ਨੂੰ ਜਿਹਨੇ ਦੇਖਣ 'ਚ ਲਾਈਫ ਸੌਖੀ ਲੱਗਦੀ ਹੈ ਨਾ ਵਲੌਗ 'ਚ ਉਨੀ ਹੈ ਹੀ ਨਹੀਂ ਗੀ
ਵਲੌਗ 'ਚ ਤਾਂ ਆਪਾਂ ਹਾਸੀਆਂ ਖੇਡੀਆਂ ਦਿਖਾ ਦੇ ਦੀਆਂ ਅਤੇ ਬਾਕੀ ਚੀਜ਼ਾਂ ਟੈਨਸ਼ਨ ਟੁਨਸ਼ਨ ਵਾਲੀਆਂ ਨਹੀਂ ਨਾ ਦਿਖਾਈ ਦੀਆਂ। ਕਈਆਂ ਨੂੰ ਤਾਂ ਹੀ ਲੱਗਦਾ ਇਹ ਘੈਂਟ ਲਾਈਫ ਹੈ, ਇਹ ਸੌਖੀ ਲਾਈਫ ਹੈ। ਬਟ ਨਹੀਂ, ਸਭ ਕੁਛ ਔਖਾ ਹੀ ਹੁੰਦਾ, ਸੌਖਾ ਕਰਨਾ ਪੈਂਦਾ। ਆ ਕਿੱਕ ਮਾਰੀ ਦੀਦੀ, ਕਿਹੜੀ ਘੈਂਟ ਕਿੱਕ ਮਾਰੀ ਮੈਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਮਿੰਟੂ ਜੀ, ਤਾੜੀਆਂ ਜੀ, ਤਾੜੀਆਂ ਹੋਣੀਆਂ ਚਾਹੀਦੀਆਂ ਮਿੰਟੂ ਜੀ ਦੇ ਨਾਲ। ਬੂਟ ਗਿਆ ਮੇਰਾ, ਨਵੇਂ ਬੂਟ ਖਰਾਬ ਹੋ ਜਾਣਗੇ, ਥੱਲੇ ਘੜੀ ਸਹਿ ਗਿਆ। ਸੈਭੂ ਗੋਲ ਕਰ ਦਿੰਦਾ, ਸੈਭੂ ਭੈੜਾ ਖੇਡਦਾ, ਉਹ ਤੋਂ ਫੜੀ ਨਹੀਂ ਜਾਂਦੀ ਬੋਲ, ਉਹਦੇ ਤੋਂ ਫੜੀ ਨਹੀਂ ਜਾਂਦੀ ਬੋਲ। ਸੈਭੂ ਤਾਂ ਕੈਚ ਵੀ ਕਰ ਲੈਂਦਾ, ਗੋਲ ਵੀ ਰੋਕ ਲੈਂਦਾ ਬਈ ਮੁੰਡਾ ਕਿਹਦਾ ਫਿਰ ਇਹ। ਆਹ ਦੇਖੋ ਫਿਰ ਗੋਲ, ਓਏ ਬਾਈਕ ਆ ਗਈ, ਬਾਈਕ ਬਾਈਕ ਗੁੰਨੂ ਮੈਡਮ ਅੰਦਰ ਰੈਸਟ ਕਰਦੀ ਹੈ, ਗੁੰਨੂ ਅੰਦਰ ਰੈਸਟ ਕਰੀ ਜਾਂਦੀ ਹੈ, ਖਾਂਸੀ ਵਾਲੀ ਆ ਜਾਂਦੀ ਹੈ, ਉਹਨੂੰ ਖੰਘੀ ਜਾਂਦੀ ਹੈ ਵਿਚਾਰੀ। ਕਦਕ ਦੱਸੋ ਕੋਈ ਪੱਕਾ ਇਲਾਜ ਸਾਡੀ ਕੁੜੀ ਦਾ, ਬਹੁਤ ਔਖੀ ਹੁੰਦੀ ਹੈ ਵਿਚਾਰੀ। ਟਪਾਤੀ ਜੱਟ ਨੇ ਵੀ ਟਪਾਤੀ, ਓਏ ਗੇਟ ਤੋੜਤਾ। ਹੈਲੋ ਹੈਲੋ ਗਾਈਸ ਵੀਰੇ, ਹੈਲੋ ਗਾਈਸ ਭੈਣੇ, ਕਿੰਨਾ ਚੱਲ ਰਿਹਾ ਨਾ ਇਹ, ਹੈ ਨਾ ਸਾਰੇ ਇੱਦਾਂ ਦਾ ਬੋਲ ਰਹੇ ਆ। ਅੱਛਾ ਲੱਗ ਰਿਹਾ, ਇੰਟਰਸਟਿੰਗ ਆ, ਨਾਲੇ ਵੀਰਾ ਕਿਹਾ ਜਾਂਦਾ, ਨਾਲੇ ਭੈਣ ਕਿਹਾ, ਨਾਲੇ ਰਿਸਪੈਕਟ ਹੋ ਜਾਂਦੀ ਆ, ਨਾਲੇ ਕੋਈ ਗੁੱਸਾ ਨਹੀਂ ਕਰਦਾ, ਰਾਈਟ। ਅਤੇ ਬੱਚੇ ਸੌ ਗਏ ਆ, ਅਤੇ ਗੁੰਨੂ ਦਾ ਤੁਹਾਨੂੰ ਪੁੱਛਿਆ ਸੀ ਇਲਾਜ, ਕਿਸੇ ਨੇ ਨਹੀਂ ਕੀਤਾ, ਤੁਸੀਂ ਕੱਲ੍ਹ ਵਾਲੇ ਵਲੌਗ 'ਚ ਕਮੈਂਟ ਜਲੰਧਰ ਤੋਂ ਆਪਣੇ ਤੇ, ਉਹਨਾਂ ਨੇ ਮੈਡੀਸਨ ਦਾ ਨਾਮ ਭੇਜਿਆ। ਓਕੇ ਸਟੀਮ ਤਾਂ ਉਹ ਦਿੰਨੇ ਆ, ਪਰ ਇਹਦੀ ਆਹ ਨਾ ਅਲਰਜੀ ਆ ਇਹਨੂੰ, ਉਹ ਨਾ ਕਣਕ ਵੱਢਦੇ ਪਏ ਨਾ ਉਹਦੇ ਤੋਂ, ਉਹ ਜਦੋਂ ਬਾਹਰ ਜਾਂਦੀ ਆ ਜਿਵੇਂ ਸਕੂਲ ਜਾਂਦੀ, ਫਿਰ ਇੰਨੀ ਦੋ ਟਿਊਸ਼ਨ ਜਾਂਦੀ, ਅਤੇ ਉਹਦੇ ਕਰਕੇ ਹੋ ਜਾਂਦੀ ਆ। ਬਸ ਇਹਨੂੰ ਅਲਰਜੀ ਆ, ਕਣਕਾਂ ਜਦੋਂ ਵੱਢੀਆਂ ਗਈਆਂ ਉਹ ਤੂੜੀ ਤਾੜੀ ਜੁੱਡ ਨੂੰ ਹਟ ਗਈ, ਫਿਰ ਇਹਦੀ ਖਾਂਸੀ ਠੀਕ ਹੋ ਜੂਗੀ। ਇੱਕ ਇਹਨੂੰ ਇਹ ਵਾਲੇ ਮਹੀਨੇ ਅਪ੍ਰੈਲ 'ਚ ਜ਼ਿਆਦਾ ਹੁੰਦੀ ਹੈ, ਅਤੇ ਇੱਕ ਜਦੋਂ ਮੌਸਮ ਚੇਂਜ ਹੋਊਗਾ ਨਵੰਬਰ 'ਚ ਉਦੋਂ ਹੁੰਦੀ ਆ, ਪਰ ਔਖੀ ਬਹੁਤ ਹੁੰਦੀ ਹੈ, ਦੇਖਿਆ ਨਹੀਂ ਜਾਂਦਾ। ਅਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ। ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਣਾ ਸਾਡੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ, ਵੱਧ ਤੋਂ ਵੱਧ ਪਿਆਰ ਦਿਆ ਕਰੋ, ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਅਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ।
ਤੁਹਾਡਾ ਕਮੈਂਟ ਪੜ੍ਹ ਕੇ ਹੀ ਸਾਨੂੰ ਹੌਸਲਾ ਮਿਲਦਾ ਅਤੇ ਵਲੌਗ ਬਣਾਉਣ ਦੀ ਚਾਹਤ ਵੀ ਹਾਂ ਹੋਰ ਪਾਈਏ ਬਣਾਈਏ ਨਾਗਾ ਨਹੀਂ ਪੈਣਾ ਚਾਹੀਦਾ। ਅਤੇ ਅੱਜ ਵਾਲੇ ਵਲੌਗ 'ਚ ਜਿਹੜਾ ਇੱਦੋਂ ਪਹਿਲਾਂ ਹੋ ਗਿਆ ਉਹਦੇ 'ਚ ਇੱਕ ਕਮੈਂਟ ਆਇਆ ਕਿ ਭਾਅ ਜੀ ਪਹਿਲਾਂ ਤੁਸੀਂ ਚੈਲੰਜ ਕਰੋ, ਜਨਾਬ ਜੀ ਨੂੰ ਆਇਆ। ਹੋਰ ਸਾਰੇ ਕਮੈਂਟ ਕਰੋ, ਬਹੁਤ ਬਹੁਤ ਸਾਰੇ। ਜੇ ਤੁਸੀਂ 50 ਕਮੈਂਟ ਕਰੋਗੇ ਨਾ ਕਿ ਭਾਅ ਜੀ ਚੈਲੰਜ ਕਰਨ, ਭਾਅ ਜੀ ਚੈਲੰਜ ਕਰਨ, ਫਿਰ ਆਪਾਂ ਦੇਖਾਂਗੇ ਵੱਧ ਕਿਹਦੇ ਹੁੰਦੇ, ਕੌਣ ਗੀਤ ਚਾਹੁੰਦਾ, ਫਿਰ ਆਪਾਂ ਕਰਾਂਗੇ। ਠੀਕ ਹੈ, ਜ਼ਰੂਰ ਕਰਾਂਗੇ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਲਵ ਯੂ ਆਲ, ਬਾਏ ਬਾਏ ਸਵੀਟ ਡ੍ਰੀਮਸ। ਕੈਨ ਸੀ ਨਾ ਡੀ ਗੇਟੋ।